ਸਦਕ ਡੇਰੀ ਫਾਰਮਿੰਗ ਦੇਖ ਰਹੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੈ ਨਵੇਕਲੀ ਜੀ ਆਪਣੇ ਚੈਨਲ 'ਤੇ। ਪਹਿਲੀ ਵੀਡੀਓ ਹੈ ਗੁੜ ਕਿਵੇਂ ਤਿਆਰ ਹੁੰਦਾ, ਗੰਨੇ ਤੋਂ ਗੁੜ ਕਿਵੇਂ ਬਣਦਾ, ਉਹ ਵੀਡੀਓ ਮੈਂ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਉਮੀਦ ਆ ਪਸੰਦ ਕਰੋਗੇ, ਅਤੇ ਜਿਹੜਾ ਵੀਰ ਪਸੰਦ ਕਰੇ ਸ਼ੇਅਰ ਵੀ ਜ਼ਰੂਰ ਕਰਿਓ। ਆਓ ਦੇਖੀਏ ਗੁੜ। ਦੋਸਤੋ ਛੋਟੀ ਜਿਹੀ ਵੀਡੀਓ ਬਣਾਉਣ ਲੱਗਾ, ਪਿੰਡ ਖਜਾਲਾ ਦੇ ਵਿੱਚ ਖੜ੍ਹੇ ਸੀਗੇ ਅਤੇ ਇਹ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ, ਮਹਿਤੇ ਵਾਲੇ ਰੋਡ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ। ਮਹਿਤੇ ਵਾਲਾ ਰੋਡ ਹੈ ਜਿਹੜਾ ਅੱਗੇ ਨਵਾਂ ਬਣ ਰਿਹਾ, ਇਹਦਾ ਕੰਮ ਚੱਲ ਰਿਹਾ। ਇੱਕ ਘਲਾੜੇ ਦੀ ਵੀਡੀਓ, ਹਾਲਾਂਕਿ ਇਹ ਸੀਜ਼ਨ ਔਫ ਹੋ ਚੱਲਿਆ, ਗੰਨਾ ਜਿਹੜਾ ਹੁਣ ਆਉਣਾ ਬੰਦ ਹੋ ਗਿਆ। ਇਹ ਗੰਨੇ ਕੁਸ਼ਕ ਪਏ ਆ ਹਜੇ, ਕਿਉਂਕਿ ਇੱਥੇ ਜਿਹੜਾ ਇਹ ਘਲਾੜਾ ਜਿੱਥੋਂ ਪਹਿਲਾਂ ਗੰਨਿਆਂ ਨੂੰ ਨਪੀੜਿਆ ਜਾਂਦਾ, ਜਿਨ੍ਹਾਂ ਦੇ ਵਿੱਚੋਂ ਸ਼ਹਿ ਜਿਹੜਾ ਰਸ ਹੈ ਜੂਸ ਹੈ ਜਿਹੜਾ ਉਹ ਕੱਢਿਆ ਜਾਂਦਾ ਹੈ, ਉਦੋਂ ਬਾਅਦ 'ਚ ਇਹ ਜਿਹੜਾ ਰਸ ਹੈ ਜਿਹੜਾ ਜੂਸ ਹੈ ਉਹ ਚਲਾ ਜਾਂਦਾ ਹੈ। ਇਸ ਸਾਈਡ 'ਤੇ ਤੁਹਾਨੂੰ ਮੈਂ ਦਿਖਾਉਣਾ ਜਿੱਥੇ ਇਹ ਜਾਂਦਾ, ਅਲੱਗ ਅਲੱਗ ਜਿਹੜੀਆਂ ਉਹ ਦੇਗਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਇੱਧਰ ਆ ਜਾਂਦਾ ਜੂਸ ਕੜਾਹੇ ਵੱਡੇ ਵੱਡੇ, ਅਤੇ ਇਹਨਾਂ ਤੋਂ ਅੱਗੇ ਜਿਹੜਾ ਉੱਧਰਲੇ ਪਾਸੇ ਦੂਜੀ ਕੜਾਹੀ 'ਚ ਜਾਂਦਾ ਜਿੱਥੇ ਇਹਨੂੰ ਪੂਰਾ ਉਬਾਲਿਆ ਜਾਂਦਾ। ਉਹ ਇਹ ਉਬਲ ਰਿਹਾ ਇਸ ਟਾਈਮ ਇਸ ਕੜਾਹੇ ਦੇ ਵਿੱਚ। ਉਹ ਇਹਦੂ ਬਾਅਦ 'ਚ ਜਿਹੜਾ ਇਹਨੇ ਆਉਣਾ ਪੜਾਅ ਬਾਏ ਪੜਾਅ ਫਿਰ ਇਸ ਸਾਈਡ 'ਤੇ ਆ ਜਾਣਾ। ਇਹ ਤੁਸੀਂ ਕੱਚਾ ਗੁੜ ਦੇਖ ਰਹੇ ਹੋ, ਥੋੜ੍ਹੀ ਬਹੁਤ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਜ਼ਰੂਰ ਇਸ ਸੰਬੰਧੀ। ਮੈਂ ਤੁਹਾਨੂੰ ਇੱਕ ਪ੍ਰੋਸੈਸ ਦਿਖਾ ਰਿਹਾ ਸੀ ਗੁੜ ਬਣਾਉਣ ਦਾ, ਸ਼ੁੱਧ ਦੇਸੀ ਗੁੜ ਜਿਹੜਾ ਉਹ ਤੁਸੀਂ ਦੇਖ ਰਹੇ ਹੋ। ਜਿਹੜਾ ਇਹ ਵੀਰ ਦੀ ਹੋਰੀ ਇਹ ਛੋਟੇ ਬੱਚੇ ਆ ਲੱਗੇ ਹੋਏ ਨਾਲ ਹੈਲਪ ਕਰਾ ਰਹੇ ਆ, ਇਹ ਗੁੜ ਬਣ ਰਿਹਾ ਦੱਸੋ। ਅਤੇ ਇੱਥੋਂ ਇੱਧਰ ਆ ਜਾਂਦਾ ਫਿਰ ਜਿਹੜਾ ਉਹਦਾ ਰੂਪ ਤੁਹਾਡੇ ਤੱਕ ਪਹੁੰਚਦਾ। ਸੋ ਇਹ ਦੇਖ ਸਕਦੇ ਹੋ ਤੁਸੀਂ ਗੁੜ ਇਸੇ ਤਰ੍ਹਾਂ ਇਸ ਸਾਈਡ ਦੇ ਉੱਤੇ ਹੈ, ਇਹਦੀਆਂ ਜਿਹੜੀਆਂ ਪੇਸੀਆਂ ਉਹ ਬਣਾਈਆਂ ਹੋਈਆਂ। ਸੋ ਆਓ ਥੋੜ੍ਹੀ ਬਹੁਤ ਜਾਣਕਾਰੀ ਲੈ ਗਈ ਆਪਾਂ ਵੀਰ ਜੀ ਹੋਰਾਂ ਤੋਂ, ਅਤੇ ਇਹ ਤੁਹਾਨੂੰ ਸਮਝਾਉਂਦੇ ਹਾਂ ਕੀ ਪ੍ਰੋਸੈਸ ਹੁੰਦਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਨਾਮ ਦੱਸੋ ਜੀ ਆਪਣਾ। ਜੋਰਾ ਸਿੰਘ ਹੈ ਜੀ ਮੇਰਾ ਨਾਮ। ਠੀਕ ਹੈ ਜੋਰੇ ਬਾਈ, ਘਲਾੜੇ ਦਾ ਕੰਮ ਕਦੋਂ ਕਦੇ ਕਰ ਰਹੇ ਹੋ? ਇਹ ਵੀਰ ਜੀ 2 ਸਾਲ ਹੋ ਗਏ ਜੀ ਕਰਦਿਆਂ ਨੂੰ। 2 ਸਾਲ ਹੋ ਗਏ। ਹਾਂਜੀ। ਅੱਛਾ, ਪੰਜਾਬੀ ਮੇਰੇ ਖਿਆਲ 'ਚ ਜੇ ਸਾਗ ਤੋਂ ਬਾਅਦ 'ਚ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ ਤਾਂ ਗੁੜ ਹੀ ਹੈ, ਹੈ ਨਾ? ਗੁੜ ਹੀ ਹੈ। ਤੁਹਾਡੇ ਏਰੀਏ 'ਚ ਫਿਰ ਚੰਗੀ ਮੰਗ ਹੋਊਗੀ, ਲੈ ਕੇ ਜਾਂਦੇ ਇੱਥੋਂ ਵੀ? ਹਾਂਜੀ ਹਾਂਜੀ, ਬਹੁਤ ਲੈ ਕੇ ਜਾਂਦੇ ਆ ਜੀ, ਵਧੀਆ ਗੁੜ ਆ, ਸ਼ੁੱਧ ਤਿਆਰ ਕਰਦੇ ਆ ਜੀ। ਠੀਕ ਹੈ। ਸਿਰਫ ਸੋਢੇ ਤੋਂ ਤਿਆਰ ਕਰਦੇ ਆ, ਹੋਰ ਕੋਈ ਮਤਲਬ ਐਰਾ ਵਗੈਰਾ ਚੀਜ਼ ਨਹੀਂ ਪਾਉਂਦੇ। ਅੱਛਾ, ਠੀਕ ਹੈ। ਅੱਛਾ, ਇੱਕ ਪ੍ਰੋਸੈਸ ਸਮਝਣਾ ਚਾਹੂੰਗਾ, ਇੱਧਰੋਂ ਜਦੋਂ ਗੰਨੇ ਘਲਾੜੇ 'ਚ ਆ ਗਏ ਅਤੇ ਉਹਨਾਂ ਦਾ ਰਸ ਜਿਹੜਾ ਆਪਾਂ ਕੱਢ ਲਿਆਂਦਾ, ਹਾਂਜੀ, ਫਿਰ ਉਹ ਕਿਹੜੇ ਪਹਿਲਾਂ ਉਹ ਕੜਾਹੇ 'ਚ ਆਉਂਦਾ, ਇਸ 'ਚ ਆਉਂਦਾ? ਹਾਂਜੀ, ਇਸ ਕੜਾਹੇ 'ਚ ਆਉਂਦਾ, ਦੋਵਾਂ ਕੜਾਹੇ 'ਚ ਪੈਂਦਾ। ਠੀਕ ਹੈ। ਇਹਦੇ ਵਿੱਚ ਮੈਲ ਲੱਭ ਜੀ। ਅੱਛਾ। ਅਤੇ ਉਹਦੇ ਵਿੱਚ ਗੁੜ ਤਿਆਰ ਹੁੰਦਾ। ਠੀਕ ਹੈ, ਜਿਹੜੀ ਮੈਲ ਲਾਉਣੇ ਆਪਾਂ ਉਹਦਾ ਕੀ ਪ੍ਰੋਸੈਸ ਹੁੰਦਾ, ਫਿਰ ਕਾਹਦੇ ਨਾਲ ਲਾਉਣੇ ਆ? ਉਹ ਸੋਢੇ ਨਾਲ ਲਾਉਂਦੇ ਆ ਜੀ। ਸੋਢੇ ਨਾਲ ਆਪਾਂ ਮੈਲ ਲਾ ਦਿੰਦੇ ਹਾਂ। ਹਾਂਜੀ। ਇੱਥੇ ਫਿਰ ਗਰਮ ਵੀ ਕੀਤਾ ਜਾਂਦਾ ਉਹਨੂੰ ਮੈਲ ਲਾਉਣ ਵਾਸਤੇ? ਹਾਂਜੀ ਹਾਂਜੀ ਵੀਰ ਜੀ, ਗਰਮ ਫੁੱਲ ਕੀਤਾ ਜਾਂਦਾ। ਠੀਕ ਹੈ, ਇੱਥੇ ਪੂਰਾ ਗਰਮ ਕਰਦੇ ਹਾਂ ਅਤੇ ਫਿਰ ਮੈਲ ਲਾ ਲੈਂਦੇ ਹਾਂ। ਹਾਂਜੀ, ਫਿਰ ਮੈਲ ਲਾਉਣ ਤੋਂ ਬਾਅਦ 'ਚ ਫਿਰ ਉਦੋਂ ਬਾਅਦ 'ਚ ਸਾਹਮਣੇ? ਹਾਂਜੀ, ਉਹਦੇ ਵਿੱਚ ਚਲਿਆ ਜਾਂਦਾ ਜੀ। ਠੀਕ ਹੈ, ਉਹਦੇ 'ਚ ਫਿਰ ਉਬਲਦਾ? ਹਾਂਜੀ ਉਬਲਦਾ, ਉਹ 'ਚ ਗੁੜ ਤਿਆਰ ਹੁੰਦਾ ਜੀ। ਅੱਛਾ, ਸੰਘਣਾ ਉਹਦੇ 'ਚ ਹੋਣਾ? ਹਾਂਜੀ, ਸੰਘਣਾ ਉਹ 'ਚ। ਠੀਕ ਹੈ, ਅਤੇ ਉਦੋਂ ਬਾਅਦ 'ਚ ਫਿਰ ਜਿਹੜਾ ਇਹਦੇ 'ਚ ਆ ਜਾਂਦਾ? ਹਾਂਜੀ, ਇਸ ਤੋਂ ਬਾਅਦ ਫਿਰ ਗੰਢ 'ਚ ਆ ਜਾਂਦਾ ਜੀ। ਠੀਕ ਹੈ, ਇਹਨੂੰ ਗੰਢ ਕਹਿੰਦੇ ਆ? ਹਾਂਜੀ, ਗੰਢ ਕਹਿੰਦੇ ਆ। ਠੀਕ ਹੈ, ਅਤੇ ਜਿਹੜੇ ਉਹ ਦੂਜੇ ਉਹ ਕੜਾਹੇ ਆ ਕਿ ਕੀ ਉਹਨਾਂ ਨੂੰ? ਹਾਂਜੀ, ਉਹ ਕੜਾਹੇ ਆ ਜੀ। ਉਹ ਕੜਾਹੇ ਆ? ਹਾਂਜੀ। ਠੀਕ ਹੈ, ਅੱਛਾ, ਇਹਦੇ 'ਚ ਫਿਰ ਜਿਹੜਾ ਹੁਣ ਜਿਵੇਂ ਬੱਚਾ ਹਿਲਾ ਰਿਹਾ ਤੇ ਫਿਰ ਹਿਲਾਉਂਦੇ ਹੀ ਰਹਿਣਾ ਪੈਂਦਾ ਇਹਦੇ 'ਚ ਫਿਰ? ਨਹੀਂ ਵੀਰ ਜੀ, ਇਹਨੂੰ ਗੋਡਣਾ ਪੈਂਦਾ ਜੀ। ਅੱਛਾ। ਗੋਡੀ ਦੇ ਕੇ 2-5-7 ਗੋਡੀਆਂ ਆਉਂਦੀਆਂ ਜੀ, ਫਿਰ ਜੰਮਦਾ ਜੀ। ਅੱਛਾ, ਇਹਨੂੰ ਗੋਡੀ ਦੇਣੀ ਹੈ? ਹਾਂਜੀ, ਗੋਡੀਆਂ। ਠੀਕ ਹੈ। ਸੋ ਦੱਸੋ, ਇਹ ਮਾਲਵੇ 'ਚ ਜੇ ਗੱਲ ਕਰੀਏ, ਜਿਵੇਂ ਨਰਮਾ ਕਪਾਹ ਜਿਹੜਾ ਉਹ ਗੁੱਡਦੇ ਸੀਗੇ, ਗੋਡੀ ਦਿੰਦੇ ਸੀ, ਉਵੇਂ ਹੀ ਬਾਈ ਕਹਿੰਦਾ ਵੀ ਇਹਨੂੰ ਗੋਡੀਆਂ ਦੇਣੀਆਂ ਪੈਂਦੀਆਂ ਫਿਰ ਠਰਦਾ। ਅੱਛਾ, ਹੁਣ ਇਹ ਜੰਮਣਾ ਸ਼ੁਰੂ ਹੋ ਗਿਆ? ਹਾਂਜੀ, ਜੰਮ ਗਿਆ ਵੀਰ ਜੀ, ਹੁਣ ਇਹਦੀਆਂ ਪੇਸੀਆਂ ਪਾਉਣੀਆਂ ਜੀ। ਅੱਛਾ, ਪੇਸੀਆਂ ਫਿਰ ਉਦੋਂ ਬਾਅਦ 'ਚ ਇਸੇ ਤਰ੍ਹਾਂ ਨਿੱਘੇ ਜਿਹੇ ਦੀਆਂ ਹੀ ਬਣਾਉਣੀਆਂ ਪੈਣੀਆਂ ਕਿ ਠਰੇ ਦੀਆਂ? ਨਹੀਂ ਜੀ, ਨਿੱਘੇ ਦੀਆਂ, ਮਤਲਬ ਹੁਣ ਜੰਮ ਗਿਆ ਵਾ, ਜੰਮੇ ਤਾਂ ਹੁਣ ਪੇਸੀਆਂ ਪਾਉਣੀਆਂ, ਫਿਰ ਜ਼ਿਆਦਾ ਮਤਲਬ ਚੜ ਜਾਂਦਾ ਤੇ ਫਿਰ ਉਹ ਪੇਸੀਆਂ ਨਹੀਂ ਪੈਣੀਆਂ ਜੀ। ਅੱਛਾ, ਫਿਰ ਜ਼ਿਆਦਾ ਹੁੰਦਾ ਵਿੱਚ। ਠੀਕ ਹੈ, ਤੇ ਜਿਹੜੀ ਸ਼ੱਕਰ ਬਣਦੀ ਹੈ ਫਿਰ ਉਹਦਾ ਕੀ ਪ੍ਰੋਸੀਜਰ? ਹਾਂਜੀ, ਉਹ ਵੀ ਵੀਰ ਜੀ, ਜਿਹੜਾ ਪੱਤ ਚੜਾ ਦੇਈਦੀ ਆ ਜੀ। ਅੱਛਾ, ਤੇ ਉਹ ਮਲੀਦੀ ਆ ਜੀ। ਠੀਕ ਹੈ, ਮਲ ਕੇ ਫਿਰ ਸ਼ੱਕਰ ਤਿਆਰ ਹੁੰਦਾ। ਅੱਛਾ, ਜਿਹੜਾ ਜਾਨੀ ਉਧਰੋਂ ਜ਼ਿਆਦਾ ਆਪਾਂ ਸੇਕ ਲਵਾਤਾ ਉਹਨੂੰ, ਪੱਤ ਉਸੇ ਨੂੰ ਕਹਿੰਦੇ ਆ ਨਾ ਜਿਹੜਾ ਸੇਕ ਵੱਧ ਲਵਾ ਦਿਆਂਗੇ, ਉਹ ਪੱਤ ਚੜ ਜੂਗੀ ਤੇ ਫਿਰ ਉਹਨੂੰ ਮਲ ਦਿਆਂਗੇ ਤੇ ਉਹਦੇ ਨਾਲ ਫਿਰ ਸ਼ੱਕਰ ਤਿਆਰ ਹੁੰਦੀ ਹੈ। ਅੱਛਾ, ਫਿਰ ਸ਼ੱਕਰ ਤਿਆਰ ਹੋ ਜੂ। ਹਾਂਜੀ। ਅੱਛਾ, ਜਿਹੜਾ ਇੱਥੇ ਆਪਣੇ ਕੋਲ ਆਪਾਂ ਘਲਾੜਾ ਲਾਇਆ ਹੈ, ਹਾਂਜੀ, ਇੱਥੇ ਫਿਰ ਆਪਣੇ ਤੋਂ ਆਮ ਫਾਰਮਰ ਆਪਦੇ ਗੰਨੇ ਲਿਆ ਕੇ ਵੀ ਗੁੜ ਬਣਵਾ ਲੈਂਦੇ ਜਾਂ ਆਪਾਂ? ਹਾਂਜੀ, ਬਣਾ ਲੈਂਦੇ ਜੀ। ਅੱਛਾ, ਉਵੇਂ ਵੀ ਬਣਵਾਉਂਦੇ? ਹਾਂਜੀ, ਉਵੇਂ ਬਣਵਾਉਂਦੇ। ਇੱਕ ਅੰਦਾਜ਼ਾ, ਮੋਟਾ ਜਿਹਾ ਅੰਦਾਜ਼ਾ ਲਾਉਣਾ ਵੀ ਕੁਇੰਟਲ ਗੰਨੇ ਆ ਕਿੰਨਾ ਗੁੜ ਨਿਕਲ ਸਕਦਾ? ਕੁਇੰਟਲ ਗੰਨੇ 'ਚੋਂ ਨਿਕਲ ਆਉਂਦਾ ਜੀ 13-14 ਕਿਲੋ ਗੁੜ। 13-14 ਕਿਲੋ ਕੁਇੰਟਲ 'ਚੋਂ? ਹਾਂਜੀ। ਅੱਛਾ, ਜੇ ਕੁਇੰਟਲ ਗੰਨਾ ਸਮਝਣਾ ਹੋਵੇ ਤਾਂ ਕਿੰਨੇ ਟਾਈਮ ਤੇ ਵੀਰ ਜੀ ਨਿਕਲ ਰਿਹਾ ਵਾ? ਪਹਿਲੋਂ ਨਹੀਂ ਨਿਕਲਦਾ, ਪਹਿਲੋਂ 7-8 ਕਿਲੋ ਜੀ, ਪਹਿਲਾਂ ਘੱਟ ਨਿਕਲਦਾ ਦੇ ਵਿੱਚ। ਹਾਂਜੀ, ਠੀਕ ਹੈ। ਤੇ ਜਿਹੜਾ ਜਿਵੇਂ ਮੰਨ ਲਓ ਕਿਸੇ ਨੇ ਮਰਲਾ ਇੱਕ ਜਗ੍ਹਾ ਲਾਉਣੀ ਹੋਵੇ,
दो तीन क्विंटल मतलब एक परिवार का जो आप समझिए तो एक मरले नाल भी सारा साल गुड़ का सर सकता है। ठीक है, ये आप फिर उन्होंने तो बनवाई जी सारी आप लेने गुड़ बन तक ਜਿਹੜਾ ਸੇਲ ਕਰਦੇ ਹੋ ਇੱਥੇ ਗੁੜ ਫਿਰ ਉਹ ਵੀ ਲਿਜਾ ਸਕਦੇ ਆਪਣੇ ਕੋਲ ਤਿਆਰ ਵੀ ਹੁੰਦਾ ਬਿਲਕੁਲ ਲਿਜਾ ਸਕਦੇ ਜੀ। ਠੀਕ ਹੈ, ਕੀ ਰੇਟ ਆ ਅੱਜ ਦੇ ਟਾਈਮ 'ਚ ਸੇਲ ਕਰ ਰਹੇ ਹੋ? 80 ਰੁਪਏ ਵੀਰ ਜੀ ਰੱਖਿਆ ਰੇਟ ਜੀ। 80 ਰੁਪਏ ਗੁੜ ਦਾ ਰੇਟ ਹੈ, ਚੱਕਰ 100 ਰੁਪਏ ਸ਼ੱਕਰ ਦਾ ਰੇਟ ਹੈ। ਸ਼ੱਕਰ ਦਾ ਰੇਟ 100 ਰੁਪਏ। ਹਾਂਜੀ, ਆਪਾਂ ਤਾਂ ਫਿਰ ਬਿਨਾਂ ਰੰਗ ਤੋਂ ਹੀ ਤਿਆਰ ਕਰਦੇ ਹੋਵਾਂਗੇ। ਹਾਂਜੀ, ਬਿਨਾਂ ਕੈਮੀਕਲ ਤੋਂ ਵੀਰ ਜੀ ਤਿਆਰ ਕਰੀਦਾ ਸ਼ੁੱਧ ਗੁੜ ਬਿਲਕੁਲ। ਠੀਕ ਹੈ, ਸੋ ਦੋਸਤੋ ਇਹ ਗੁੜ ਇੱਥੇ ਤਿਆਰ ਹੁੰਦਾ ਤੇ ਮੈਂ ਲੇਟ ਵੀਡੀਓ ਬਣਾ ਰਿਹਾ, ਇਹ ਗੱਲ ਮੇਰੇ ਜ਼ਰੂਰ ਪਹਿਲਾਂ ਤੋਂ ਵੀ ਧਿਆਨ 'ਚ ਹੈ, ਪਰ ਤੁਹਾਨੂੰ ਅੱਜ ਗੁੜ ਦਿਖਾ ਦਿੰਦਾ ਬਣਦਾ ਕਿਵੇਂ। ਗੁੜ ਬਣਨਾ ਸ਼ੁਰੂ ਹੋ ਗਿਆ, ਗਰਮ ਗੁੜ ਅਤੇ ਗਰਮ ਰੋਹ ਜਿਹਨੇ ਪੀ ਕੇ ਦੇਖਣਾ ਹੋਵੇ ਤਾਂ ਘਲਾੜੇ ਕੋਲ ਜ਼ਰੂਰ ਜਾਇਓ ਕਿਉਂਕਿ ਇਹਦਾ ਸਵਾਦ ਵੱਖਰਾ ਹੁੰਦਾ। ਸੋ ਇਹ ਦੱਸੋ, ਮੈਂ ਤੁਹਾਨੂੰ ਗੁੜ ਦੀ ਵੀਡੀਓ ਸਿਰਫ ਸ਼ੌਂਕੀਆਂ ਦਿਖਾ ਰਿਹਾ ਸੀ, ਉਮੀਦ ਹੈ ਸ਼ੇਅਰ ਕਰੋਗੇ ਅਤੇ ਨਾਲ ਜਿਵੇਂ ਬਾਈ ਨੇ ਦੱਸਿਆ ਵੀ ਜੇ ਇੱਕ ਮਰਲਾ ਤੁਸੀਂ ਗੰਨੇ ਲਾ ਲੈਂਦੇ ਹੋ ਤਾਂ ਉਹਦੇ ਨਾਲ ਸਾਰਾ ਸਾਲ ਵਾਂਗੂ ਤੁਹਾਡਾ ਜਿਹੜਾ ਗੁੜ ਦਾ ਸਰ ਜੂਗਾ। ਕੁਛ ਤਾਂ ਜ਼ਰੂਰ ਕੋਸ਼ਿਸ਼ ਕਰੀਏ ਵੀ ਅਸੀਂ ਸ਼ੁੱਧ ਖਾ ਸਕੀਏ, ਜੇ ਖੰਡ ਦੇ ਵਿੱਚ ਜਿਹੜੀ ਚਾਹ ਬਣਾਉਣੀ ਉਹ ਗੁੜ ਦੀ ਬਣਾ ਲਈਏ, ਬਿਮਾਰੀਆਂ ਤੋਂ ਵੀ ਬਚਾਂਗੇ, ਤਾਕਤ ਵੀ ਵੱਧ ਮਿਲੂਗੀ। ਸੋ ਦੱਸੋ ਇਹ ਗਰਮ ਗੁੜ ਮੈਂ ਲੈ ਲਿਆ ਥੋੜ੍ਹਾ ਜਿਹਾ, ਖਾ ਕੇ ਦੇਖਦੇ ਹਾਂ ਤਾਂ ਟੇਸਟ ਜਿਹੜਾ ਉਹ ਕਿੱਦਾਂ ਦਾ ਆਉਂਦਾ, ਤੁਸੀਂ ਵੀ ਜ਼ਰੂਰ ਗਰਮ ਗੁੜ ਖਾ ਕੇ ਦੇਖੋ ਜੇ। ਅਜੀਬ ਹੀ ਟੇਸਟ ਆ ਦੋਸਤੋ, ਬੜਾ ਬੜਾ ਸਵਾਦ ਆ ਜਿਹੜਾ ਗੁੜ ਖਾਂਦੇ ਹਾਂ, ਵਾਕਈ ਕਿਤੇ ਨਾ ਕਿਤੇ ਜਿਹੜਾ ਉਹ ਮੰਨੀਏ ਵੀ 10% ਤਾਂ ਬਣਾਉਟੀ ਹੁੰਦਾ ਹੀ ਹੋਊਗਾ ਕਿਉਂਕਿ ਇਹੋ ਜਿਹਾ ਟੇਸਟ ਕਦੇ ਖਾਧਾ ਹੀ ਨਹੀਂ। ਸੋ ਜ਼ਰੂਰ ਧਿਆਨ ਦਿਓ ਜੇ, ਇੰਨੇ ਕੁ ਗੰਨੇ ਜ਼ਰੂਰ ਲਾ ਲਿਆ ਕਰੋ ਵੀ ਆਪਾਂ ਇੱਦਾਂ ਦੇ ਘਲਾੜੇ, ਹੁਣ ਕਾਫੀ ਵੀਰਾਂ ਨੇ ਮਿਹਨਤ ਕੀਤੀ ਹੈ ਉਹਨਾਂ ਤੋਂ ਆਪਾਂ ਗੁੜ ਜਿਹੜਾ ਉਹ ਕਢਾ ਕੇ ਇੱਦਾਂ ਦਾ ਗੁੜ ਤਿਆਰ ਕਰ ਸਕੀਏ ਆਪਦੇ ਪਸ਼ੂਆਂ ਵਾਸਤੇ, ਆਪਦੀ ਬੱਚਿਆਂ ਵਾਸਤੇ, ਆਪਦੀ ਸਿਹਤ ਵਾਸਤੇ, ਕਿਉਂਕਿ ਗੁੜ ਜਾਂ ਮਿੱਠੇ ਦੀ ਪੰਜਾਬੀ ਜੀਵਨ ਜਾਣ 'ਚ ਬਹੁਤ ਲੋੜ ਹੈ। ਸੋ ਬਹੁਤ ਮਿਹਰਬਾਨੀ ਦੋਸਤੋ, ਵੀਡੀਓ ਦੇਖਣ ਵਾਸਤੇ ਮੈਂ ਖਾਂਦਾ ਗਰਮ ਗਰਮ ਗੁੜ, ਅਤੇ ਤੁਸੀਂ ਵੀਡੀਓ ਨੂੰ ਦੇਖੋ ਅਤੇ ਨਾਲ ਕਰੋ ਸ਼ੇਅਰ।